ਭਾਈ ਔਰ ਬਹੁਤ ਮੁਖਲਿਸ ਔਰ ਉਸ ਨਾਲ ਹੀ ਬੜੀ ਪਿਆਰੀ ਜੋੜੀ ਬੜਾ ਪਿਆਰਾ ਭਾਈ ਜ਼ੈਨ ਭਾਈ ਦੀ ਕਿਆ ਹੀ ਬਾਤ ਹੈ ਨਿਆਜੀ ਸਾਹਿਬ ਤਾਂ ਬੜੇ ਮਸ਼ਹੂਰ ਹਨ ਜੀ ਬੜੇ ਘੱਟ ਲੋਕ ਐਸੇ ਇਸ ਦੁਨੀਆਂ ਦੇ ਉੱਤੇ ਨੇ ਕਿ ਜਿਹੜੇ ਮਤਲਬ ਦਿਲੀ ਤੌਰ 'ਤੇ ਕਿਸੇ ਦੇ ਨਾਲ ਪਿਆਰ ਕਰਦੇ ਨੇ ਔਰ ਕਿਸੇ ਵਾਸਤੇ ਆਪਣਾ ਟਾਈਮ ਆਪਣਾ ਸਾਰਾ ਕੁਝ ਜਿਹੜਾ ਨਾ ਉਹ ਦਿੰਦੇ ਨੇ ਦੇਖੋ ਸ਼ੱਕ ਨਹੀਂ ਜੀ ਕਿਉਂਕਿ ਜ਼ੈਨ ਭਾਈ ਔਰ ਕਿਸੇ ਤਾਰਫ ਦੇ ਮੁਤਾਜ ਤਾਂ ਨਹੀਂ ਰਾਣਾ ਮੁੰਨਾ ਭਾਈ ਲੇਕਿਨ ਇਹ ਅਲਫਾਜ਼ ਫਿਰ ਵੀ ਰਾਣਾ ਸਾਹਿਬ ਦੀ ਤਾਰੀਫ ਕਰਨ ਤੋਂ ਨਹੀਂ ਬਾਅਦ ਆਉਂਦੇ ਔਰ ਜਿੰਨੀ ਤਾਰੀਫ ਹੈ ਨਾ ਜੀ ਇਹ ਤੀਨ ਸੇ ਹੋਤੇ ਹੈ ਨਾ ਆਪਣੇ ਇੰਗਲਿਸ਼ ਕੀ ਉਸ ਸੇ ਬੜ੍ਹ ਕਰ ਇਹ ਲਾਓ ਯਾਰ ਇਹ ਲਾਓ ਠੀਕ ਹੈ ਨਾ ਨਹੀਂ ਤੁਸੀਂ ਜ਼ੈਨ ਭਾਈ ਹੁਕਮ ਲਾਓ ਅਸੀਂ ਤੇ ਉਹ ਮੈਂ ਕਹਿੰਦਾ ਕਿ ਜ਼ੈਨ ਭਾਈ ਦਾ ਬਹੁਤ ਅਸੀਂ ਮਸ਼ਹੂਰ ਹੈ ਕਿਉਂ ਜ਼ੈਨ ਭਾਈ ਨੇ ਆਪਣਾ ਰਾਣਾ ਮੁੰਨਾ ਭਾਈ ਨੂੰ ਸਾਡੇ ਤੋਂ ਸੁਣ ਲਿਆਂਦਾ ਅਸਲ ਜੀ ਨਿਆਜੀ ਸਾਹਿਬ ਮੈਂ ਇੱਕ ਗੱਲ ਕਰਾਂ ਹੈਰਾਨ ਹੋ ਰਹੀ ਇਹ ਮੇਰਾ ਭਾਈ ਹੈ ਵੱਡਾ ਨਾਲ ਬੈਠਾ ਬਹੁਤ ਸਾਰੀਆਂ ਚੀਜ਼ਾਂ ਲੋਕ ਸੋਚਦੇ ਨੇ ਪਤਾ ਨਹੀਂ ਕੀ ਹੋਏਗਾ ਪਤਾ ਨਹੀਂ ਕਹਾਂਗੇ ਨਹੀਂ ਆਇਆ ਯਕੀਨ ਕਰੋ ਦਰਵੇਸ਼ ਬੰਦਾ ਬਿਲਕੁਲ ਇਸ ਮਤਲਬ ਇਹ ਕਿ ਹਰ ਫਨ ਮੌਲਾ ਹੈ ਜੇ ਤਗੜਿਆਂ 'ਚ ਹੁੰਦਾ ਤਗੜਾ ਹੁੰਦਾ ਮਾੜੇ 'ਚ ਮਾੜਾ ਹੁੰਦਾ ਔਰ ਯਕੀਨ ਕਰੋ ਐਸੇ ਐਸੇ ਦੋਸਤ ਫੈਸਲਾਬਾਦ ਸ਼ਿਕਰ ਕੀਤੇ ਨੇ ਮੁੰਡੇ ਮਤਲਬ ਬਟ ਕਬੂਤਰਾਂ ਦੀ ਨਾ ਮਤਲਬ 20 ਪਾਰ ਹੁੰਦੇ ਨੇ 10 ਪਾਰ ਅਤੇ 10 ਹੁੰਦੇ ਤੁਸੀਂ ਯਕੀਨ ਕਰੋ ਕਿ ਜਿਸ ਵਕਤ ਕਬੂਤਰ ਹੱਥ 'ਚ ਫੜਦੇ ਨੇ ਨਾ ਇਕੱਲੇ ਇਕੱਲੇ ਪਰ ਦੀ ਵੰਡ ਕੱਢਦੇ ਨੇ ਯਾਰ ਇਹ ਇੱਧਰੋਂ ਮਾੜਾ ਹੈ ਇਹ ਬਾਹਰੋਂ ਅੱਛਾ ਹੈ ਮਤਲਬ ਜੇ ਕੋਈ 20 ਦੇ 20 ਪਰ ਚੰਗੇ ਜਿਹੜੇ ਦੇਖਣੇ ਨੇ ਨਾ ਮਤਲਬ ਕਿਸੇ ਬੰਦੇ ਨੂੰ ਮੈਂ ਕਹਿੰਦਾ ਕਿ ਅਗਰ ਅੱਲਾਹ ਦੀ ਮਿਹਰਬਾਨੀ ਨਾਲ 100% ਕੋਈ ਬੰਦਾ ਇੰਝ ਫੜ ਕੇ ਦੱਸ ਦਿੰਦਾ ਕਿ ਇਹ 20 ਦੇ 20 ਚੰਗੇ ਪਰ ਨੇ ਉੜੇਗਾ ਵੀ ਉਡਾਏਗਾ ਵੀ ਅੱਲਾਹ ਪਾਕ ਨੇ ਇਹਨਾਂ ਨੂੰ ਸਲਾਹੀਅਤ ਬਿਲਕੁਲ ਔਰ ਤੁਸੀਂ ਇਹ ਦੇਖੋ ਐਡੇ ਐਡੇ ਵੱਡੇ ਸਾਡੇ ਸ਼ਹਿਰ ਦੇ ਵਿੱਚ ਪੁਰਾਣੇ ਸ਼ੌਕੀਨ ਬੈਠੇ ਨੇ ਚੈਂਪੀਅਨ ਬੈਠੇ ਨੇ ਪੁਰਾਣੇ ਉਸਤਾਦ ਬੈਠੇ ਨੇ ਲੇਕਿਨ ਇਹਨਾਂ ਨੇ ਇੰਝ ਇੰਟਰੀ ਕੀਤੀ ਹੈ ਫੈਸਲਾਬਾਦ ਦੇ ਵਿੱਚ ਔਰ ਤਾਰੀਖ ਗਵਾਹ ਹੈ ਕਿ ਬੱਚਿਆਂ ਦੇ ਨਾਲ ਜੇਠ ਦੇ ਵਿੱਚ ਤੁਸੀਂ ਆਪ ਚੌਂਕ ਕਰਦੇ ਰਹਿੰਦੇ ਹੋ ਸਾਰਾ ਕੁਝ ਬੱਚੇ ਛੱਡ ਕੇ ਜੇਠ ਜਿੱਤਣਾ ਬਹੁਤ ਮੁਸ਼ਕਿਲ ਹੈ ਬੱਚੇ ਚੇਤਰ ਚੈਂਪੀਅਨ ਹੋਏ ਉਹੀ ਬੱਚੇ ਅੱਗੇ ਉਡਾਏ ਤੇ ਪੂਰਾ ਸ਼ਹਿਰ ਨਾਲ ਜਿੱਤ ਕੇ ਚੈਂਪੀਅਨ ਫੈਸਲਾ ਜ਼ੈਨ ਭਾਈ ਅਸਲ ਚੀਜ਼ ਹੈਗੀ ਹੈ ਜਿਸ ਨੇ ਰਾਣਾ ਮੁੰਨਾ ਨੂੰ ਮਿਲ ਲਿਆ ਨਾ ਜੀ ਔਰ ਸੀਨੇ ਨਾਲ ਲਾਇਆ ਜੀ ਜੀ ਉਹ ਹੋਇਆ ਖਾਨਦਾਨੀ ਉਹ ਸਾਰੀ ਜ਼ਿੰਦਗੀ ਰਾਣਾ ਮੋਨੇ ਦਾ ਉਸੇ ਤਰੀਕੇ ਸੀਨੇ ਦੇ ਵਿੱਚ ਹੀ ਉਹਦੀ ਤਸਵੀਰ ਛਪ ਗਈ ਬਿਲਕੁਲ ਔਰ ਇੰਨੇ ਪਿਆਰ ਕਰਨ ਵਾਲੇ ਇਨਸਾਨ ਨੇ ਬਿਲਕੁਲ ਬਾਕੀ ਤਾਂ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਜਿਹੜੇ ਮੈਂ ਇਹਨਾਂ ਵਾਸਤੇ ਜਿਹੜਾ ਨਾ ਇਸ ਕਬੂਤਰਬਾਜ਼ੀ ਦੀ ਲਾਈਨ ਦੇ ਵਿੱਚ ਜਿਹੜਾ ਨਾ ਬਹੁਤ ਚੰਦ ਇੱਕ ਉਸਤਾਦ ਐਸੇ ਨੇ ਜਿਹੜੇ ਸਿੰਸੀਅਰ ਨੇ ਆਪਣੇ ਸ਼ਾਗਿਰਦਾਂ ਨਾਲ ਜਾਂ ਦੋਸਤਾਂ ਭਰਾਵਾਂ ਨਾਲ ਬਾਕੀ ਤੇ ਜਿਸ ਤਰ੍ਹਾਂ ਦੀ ਕਬੂਤਰਬਾਜ਼ੀ ਦੀ ਕਿਤਾਬ ਹੈ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਉਸਤਾਦ ਜਿਹੜੇ ਉਸਤਾਦਾ ਕਰਾਮ ਨੇ ਅਕਸਰ ਉਹ ਸ਼ਾਗਿਰਦਾਂ ਨੂੰ ਕੁਝ ਦੱਸਦੇ ਹੀ ਨੇ ਇੱਕ ਆਖਰੀ ਕੰਮ ਰਹਿ ਗਿਆ ਖੁਰਾਕ ਕੁੱਟ ਕੇ ਦੱਸਣ ਦਾ ਮੈਂ ਉਹ ਵੀ ਕੁੱਟ ਕੇ ਦੱਸ ਦੇਖੋ ਜੀ ਗੱਲ ਇਹ ਹੈ ਅੱਲਾਹ ਜਾਣਦਾ ਇਲਮ ਦੱਸਿਆ ਨਹੀਂ ਘਟਦਾ ਘੁਟਦਾ ਬਿਲਕੁਲ ਕੋਈ ਕਿਸੇ ਦੇ ਨਸੀਬ ਨਹੀਂ ਦੱਸ ਸਕਦਾ ਬਿਲਕੁਲ ਅਸੀਂ ਜਦੋਂ ਜ਼ਿੰਦਗੀ 'ਚ ਕਬੂਤਰ ਨਾਲ ਦੇ ਮਾੜੇ ਬੰਦੇ ਦੀ ਵੀ ਉਡਾਏ ਆ ਅੱਲਾਹ ਜਾਣਦਾ ਮੁਖਲਿਸ ਹੋ ਕੇ ਉਡਾਏ ਆ ਮਤਲਬ ਇਹ ਨਹੀਂ ਕੀਤਾ ਕਿ ਮਤਲਬ ਇਹ ਵਿੱਚ ਜਾਏਗਾ ਮੇਰੀ ਛੱਟ ਵੀ ਵਿੱਚ ਆ ਉਹਦੀ ਛੱਟ ਵੀ ਵਿੱਚ ਆ ਇਹਨਾਂ ਦੀ ਵੀ ਵਿੱਚ ਐਸ ਦਾ ਬਾਅਦ ਸੂਰ ਨਹੀਂ ਉਡਾਇਆ ਛੱਤਾਂ ਉਡਾਈਆਂ ਤੁਸੀਂ ਦੋ ਦੋ ਛੱਤਾਂ ਉਡਾਈਆਂ ਇਹ ਪਹਿਲੇ ਦੇ ਉਹ ਦੂਜੇ ਦੇ ਬਾਕੀ ਵੀ ਤਾਂ ਸ਼ਹਿਰ ਸਾਰਾ ਵਿੱਚ ਹੀ ਇੱਕ ਜਗ੍ਹਾ 'ਤੇ ਭਾਈ ਉਡਾ ਰਿਹਾ ਸੀ ਇੱਕ ਜਗ੍ਹਾ ਉਹ ਮਤਲਬ ਉਹਦੇ 3 ਘੰਟੇ ਮੇਰੇ ਤੋਂ ਉਹ ਪਿੱਛੇ ਸੀ ਹੁਣ ਰਾਤ ਨੂੰ ਬੈਠੇ ਸ਼ੁਗਰ ਕਰ ਰਹੇ ਮੈਂ ਕਿਹਾ ਯਾਰ ਮੈਨੂੰ ਲੱਗਦਾ ਤੁਸੀਂ ਮੇਰਾ ਮਣਕਾ ਭੰਨ ਲੈਣਾ ਸਵੇਰੇ ਆਪਣੇ ਹੱਥ ਹੀ ਡਰ ਆ ਰਿਹਾ ਆਪਣੇ ਹੱਥ ਹੀ ਲੇਕਿਨ ਉਹ ਕੋਈ ਦਿੱਲੀ ਗੱਲ ਨਹੀਂ ਮੂੰਹ ਤੋਂ ਹੀ ਗੱਲ ਕਰ ਰਹੇ ਨਾ ਸਾਹਮਣੇ ਬੈਠਾ ਤੇ ਇਸ ਤਰ੍ਹਾਂ ਕਰਕੇ ਬਾਜੀ ਹੋਈ ਉਹਦੇ 196 ਘੰਟੇ ਸਾਡੇ 202 ਘੰਟੇ ਮਤਲਬ ਉਹਦਾ ਕਬੂਤਰ ਵੀ ਇੱਕ ਮੇਰੇ ਕੋਲ ਮਿਸ ਹੋਇਆ ਆਪਣੇ ਕਬੂਤਰ 3-4 ਸੀ ਉਹ 6:30 ਵਜੇ ਇਕੱਠੇ ਨਿਕਲ ਗਏ ਉੱਤੋਂ ਬੈਠ ਗਏ ਨਾ ਅਤੇ ਉਹ ਮੈਂ ਜਿੱਤ ਗਿਆ ਲੇਕਿਨ ਦੂਸਰੀ ਪੁਜੀਸ਼ਨ ਵੀ ਸਾਡੀ 45 ਛੱਤਾਂ ਸੀ ਮਤਲਬ ਅੱਲਾਹ ਪਾਕ ਨੇ ਇਤਨਾ ਕਰਮ ਕੀਤਾ ਹੋਇਆ ਮੈਂ 36 ਘੰਟੇ ਥੱਲੇ ਰਿਹਾ
ਇਹ ਮੇਰੇ ਮਾਲਕ ਦਾ ਕੋਈ ਖਾਸ ਮੇਰੇ ਤੇ ਕਰਮ ਹੈ। ਨਿਕਲ ਅੱਠਵੀਂ ਬਾਜ਼ੀ ਤੇ ਰਾਣਾ ਸਾਹਿਬ ਦੇ ਕੋਲ ਚਾਰ ਕਬੂਤਰ ਰਹਿ ਗਏ ਉੱਥੇ, ਜਿਹੜੇ ਸੱਤਵੀਂ ਬਾਜ਼ੀ ਬਕਾਇਆ ਜਿਹੜੇ ਸੀਗੇ ਉਹ ਰਾਤ ਰਹਿ ਗਏ। ਅੱਠਵੀਂ ਬਾਜ਼ੀ ਰਾਤ ਰਹਿ ਕੇ ਸੱਤਵੀਂ ਬਾਜ਼ੀ ਨਾਲ ਤਿੰਨ ਕਬੂਤਰ ਰਹਿ ਲਾਸਟ ਹੋਏ। ਉਹ ਹੁਣ ਐਸਾ ਕੋਈ ਗੱਲ ਕਰਦੇ ਸੀ ਫੜ ਲਈ ਦੀ ਠੀਕ ਹੈ ਠੀਕ ਹੈ। ਪਹਿਲਾਂ ਬੈਠਾ ਉਹਨਾਂ ਦਿਨਾਂ ਚ, ਫਿਰ ਸਾਰੇ ਬੈਠੇ ਬਾਕੀ ਵੀ ਜਿਹੜੇ ਦਸ ਨੀ 5:48 ਮੈਂ 2 ਘੰਟੇ ਤੀਕਰ ਨਾਲ ਚਲਾ ਗਿਆ। ਠੀਕ ਜੀ ਮੇਰੇ ਮਾਸ਼ਾਅੱਲਾ ਜੀ ਕਸੂਰ ਦੇ ਨੰਬਰ 1 ਕੱਪੜੇ ਵਾਲੇ ਨੰਬਰ 1 ਪੂਰੇ ਸਾਡੇ ਕਸੂਰ ਸ਼ਹਿਰ ਦੇ ਪੂਰੇ ਕਸੂਰ ਦੇ ਨੰਬਰ 1 ਜਿਹੜੀ ਕੱਪੜੇ ਦਾ ਕਾਰੋਬਾਰ ਮਾਸ਼ਾਅੱਲਾ ਹੈ ਇਕਰਾਮ ਇਜਾਜ਼ ਬੜਾ ਮਸ਼ਹੂਰ ਮਰੂਫ ਨਾਮ ਹੈ। ਜਿਹੜੇ ਬਾਜ਼ੀਆਂ 'ਚ ਇਸ ਦਫ਼ਾ ਕਬੂਤਰ ਬੈਠੇ ਨੇ ਨਾ ਉਹਨਾਂ ਦਾ ਮਾਂ ਪਿਓ ਦਾ ਸ਼ੌਕ ਹੈ ਮੁੰਨਾ ਭਾਈ ਦਾ ਜ਼ਿਕਰ ਅਕਸਰ ਹੁੰਦਾ ਰਹਿੰਦਾ ਸੀ। ਮਾਸ਼ਾਅੱਲਾ 6 ਘਰਾਂ ਨਾਲ ਬਾਜ਼ੀਆਂ ਸਨ ਅਤੇ 6 ਚੋਂ ਆਪਣਾ 1 ਬਰਾਬਰ ਹੋ ਗਈ ਬਹੁਤ ਤਾਰੇ ਆਪਣਾ ਬਹੁਤ ਤਾਰੇ ਸਾਹਿਬ ਨੇ ਸੀ। ਹਾਂਜੀ ਹਾਂਜੀ ਤਾਂ ਨਾ ਉਹ ਮੇਰਾ ਕਾਫੀ ਫਿਰ ਅੱਛਾ ਤਲਕ ਸੀ ਫਿਰ ਉਹ ਬਰਾਬਰ 1 ਹੋ ਗਈ। ਬਾਕੀ 5 ਘਰ ਸਨ ਪੰਜਾਂ ਨੂੰ ਫਿਰ ਖੈਰ ਨਾਲ ਜਿਹੜਾ ਪਹਿਲੇ ਤਾਂ 1, 2, 3, 4 ਘਰ ਦਿੱਤਾ ਅਤੇ ਬਾਕੀਆਂ ਨੂੰ ਜਿਹੜਾ ਨਾ ਸਦਵੀਂ ਦੇ ਆ ਕੇ ਫਰਕ ਕਰ ਦਿੱਤਾ ਮਖਸੂਸ ਥੱਲੇ ਕਦੀ ਵੀ ਨਹੀਂ ਆਏ ਉੱਠੋ ਆਪਣੇ ਭਰਾ ਦੇ ਨਾਲ ਤੁਸੀਂ ਬਾਹਰ ਫੜੀ ਹਾਫਿਜ਼ ਬਾਈ ਹਾਫਿਜ਼ ਸਾਹਿਬ ਜੀ ਸਾਡੇ ਜਿਹੜੀ ਦਾਫੇ ਰਿਆਜ਼ ਬਾਠ ਸਾਹਿਬ ਗੁਜਰਾਂ ਵਾਲੇ ਉਹਨਾਂ ਦੇ ਸ਼ਾਗਿਰਦ ਨੇ। ਹਾਂ ਅਤੇ ਛੋਟਾ ਭਾਈ ਜ਼ਫਰ ਉਹਨਾਂ ਦਾ ਸ਼ਾਗਿਰਦ ਰਿਆਜ਼ ਬਾਠ ਸਾਹਿਬ ਦਾ ਉਹਨਾਂ ਨੇ ਬਹੁਤ ਕਬੂਤਰਬਾਜ਼ੀ ਦੇ ਵਿੱਚ ਸਾਨੂੰ ਮੇਨਟੇਨ ਨੂੰ ਕਰਨਾ ਬਾਕੀ ਤਾਂ ਤੁਸੀਂ ਕੁਛ ਕਰ ਦਿੱਤਾ ਸਾਰਿਆਂ ਨੂੰ ਹੁਣ ਤਾਂ ਐਡਿਕ ਬੱਚੇ ਨੂੰ ਕਹਿ ਲੈਣ ਕਹਿੰਦੇ ਨੇ ਰਾਣਾ ਮੁੰਨਾ ਬਾਈ ਤਾਂ ਇਹ ਗੱਲ ਕਰ ਰਹੇ ਸੀ ਇਹ ਕਿਹੜੀਆਂ ਪੁੱਛਣਾ ਤੁਸੀਂ ਮਰੋੜਨ ਡਿਆ ਜੀ ਹੁਣ ਤਾਂ ਤੁਸੀਂ ਬੱਚੇ ਨੂੰ ਸਿਆਣਾ ਕਰ ਦਿੱਤਾ ਸਾਰ ਰਾਣਾ ਮੁੰਨਾ ਬਾਈ ਨੇ ਕੀ ਰਾਣਾ ਮੁੰਨਾ ਬਾਈ ਇਹਦੇ ਪਹਿਲੀ ਬਾਜ਼ੀ ਤੋਂ ਲੈ ਕੇ 7ਵੀਂ ਬਾਜ਼ੀ ਤੱਕ ਜਿਹੜਾ ਨਾ ਇਹਦੀ ਇਕੱਠੀ ਦੇ 2 ਭੈਣ ਭਰਾ ਸੀ
ਪਿੱਛੇ ਜੁੜੇ ਦੇ ਬੰਦੇ ਇਹ ਸਾਡੇ ਬਾਰੇ ਸ਼ਹੀਦ ਇਹਨਾਂ ਦਾ ਕਿੱਸਾ ਸੁਣਾਵਾਂਗੇ ਜੀ ਬਾਰਿਸ਼ ਵਾਲੀ ਗਰੀਬ ਦਾ ਜੀ ਹਾਂਜੀ ਇਹਨਾਂ ਦਾ ਜਿਹੜਾ ਬੰਦਾ ਇਹਨਾਂ ਨੇ ਉਹ ਨੇ ਜਿਹਨਾਂ ਨੇ ਮੈਨੂੰ ਕਸੂਰ ਚੈਂਪੀਅਨ ਕੀਤਾ ਕੁਤਰਾ ਔਰ ਮੈਂ ਬਚਪਨ ਤੋਂ ਹੀ ਇਹਨਾਂ ਤੋਂ ਪਹਿਲੀ ਮੋਟਰਸਾਈਕਲ ਸਭ ਤੋਂ ਕਸੂਰ ਦੀ ਪਹਿਲੀ ਮੋਟਰਸਾਈਕਲ ਉੱਡੀ ਜੀ ਔਰ ਮੈਂ ਉਹ ਜਿੱਤੀ ਪਹਿਲਾ ਚੈਂਪੀਅਨ ਮੈਂ ਹੋਇਆ ਕਸੂਰ ਤਰਾਬ ਹੈਦਰ ਨੇ ਉਡਾਈ ਸੀ ਤਰਾਬ ਹੈਦਰ ਲਓ ਜੀ ਇਹ ਕਬੂਤਰ ਦਾ ਮੀਆਂ ਜ਼ਰਾ ਸ਼ੌਕ ਕਰਾ ਨੇੜੇ ਕਰ ਨਾ ਜੀ ਕੋਈ ਔਰ ਨਾ ਸਾਥ ਕੋਈ ਗੱਲ ਨਹੀਂ ਇਹ ਲੈ ਲਓ ਸਰ ਚੈਂਪੀਅਨ ਕਬੂਤਰ ਹੈ ਸਰ ਅੱਗੋਂ ਤੋਂ ਦੇਖੋ ਇਹਨਾਂ ਨੇ ਇਹਨਾਂ ਨੂੰ ਗੰਬ ਨੇ ਕਹਿਣਾ ਕੀ ਹੈ ਦੋਨੋਂ ਬਾਜ਼ੀਆਂ ਹੀ ਰਾਤ ਦੋਨੋਂ ਬਾਜ਼ੀਆਂ ਹੀ ਰਾਤ ਮੈਂ ਆਖਾਂ ਕੀ ਕਰਾਂ 48 ਟੈਂਪਰੇਚਰ ਹੈ ਜੀ ਇਹਦੇ ਵਿੱਚ ਲੋਕਾਂ ਦੇ ਕਬੂਤਰ 12-1 ਵਜੇ ਬੈਠ ਗਏ ਨੇ ਮੇਰੇ ਵਾਲੇ ਨੂੰ ਕੀ ਕੋਈ ਐਸੇ ਪਰ ਲੱਗ ਗਏ ਨੇ ਮੈਂ ਕੀ ਮੈਂ ਅੰਦਰ ਇਹਦੇ ਵੱਲ ਗਿਆ ਪਹਿਲਾ ਕਬੂਤਰ 1 ਵਜੇ ਬੈਠ ਰਿਹਾ ਉਹਦੇ 48 ਟੈਂਪਰੇਚਰ ਹੈ ਮੈਂ ਰਾਤੀ ਲੇਟ ਆਇਆ ਮੈਂ ਤੈਨੂੰ ਟਾਈਮ ਨੀ ਦੇ ਸਕਿਆ ਤੇ ਅੱਜ ਕਬੂਤਰ ਇੱਕ ਇੰਨੀ ਟੈਂਪਰੇਚਰ ਹੋ ਗਈ ਤੇ ਜੇ ਪਹਿਲਾਂ 1-1 ਵਜੇ ਪਹਿਲਾਂ ਉੱਥੋਂ ਨਿਕਲਦਾ ਪਿਆ ਬਾਕੀਆਂ ਦੀ ਬਾਜ਼ਰ ਬਾਈ ਕੋਈ ਉਮੀਦ ਮੈਂ ਕਿਹਾ 7 ਪੂਰੇ ਹੋਣਗੇ ਸ਼ਾਮ ਤੱਕ ਬੰਦੇ ਨੇ ਐਸਾ ਕਰਕੇ ਇਹਦੇ ਵਿੱਚੋਂ ਨਿਕਲਦੇ ਜੀ ਇਸ ਤਰੀਕੇ ਐਸਾ ਬਣਿਆ ਕੰਮ ਕਰਨਾ ਹੀ ਐਸਾ ਇਹਨਾਂ ਦੀ ਪਰਵਾਹ ਜਿਹੜੀ ਹੈ ਨਾ ਉਹ ਜਾਂਦੇ ਜੀ ਐਸਾ ਯਕਦਮ ਨਹੀਂ ਜਾਂਦੇ ਬਿਲਕੁਲ ਤੁਸੀਂ ਬਾਹਰ ਛੱਡੋਗੇ 4-5 ਫਿਰਨਾ ਐਸਾ ਐਸਾ ਥੱਲੇ ਥੱਲੇ ਫਿਰਨਗੇ ਥੱਲੇ 10 ਵਜੇ ਆ ਗਏ ਨੇ 11 ਵਜੇ ਆ ਗਏ ਨੇ ਬਣ ਕੇ ਜਾਂਦੇ ਹੋ ਜਿਵੇਂ ਬਣਦੇ ਜਾਣਗੇ ਨਾ ਵੇਟ ਲੂਜ਼ ਕਰਦੇ ਕਰਦੇ 15 ਦਿਨਾਂ ਦੇ ਵਿੱਚ ਆਪਣੀ ਮੰਜ਼ਿਲ 2 ਵਜੇ ਤੋਂ ਬਾਅਦ ਮੀਆਂ ਕੁੰਡਾ ਦਿਖਾ ਯਾਰ ਲਓ ਜੀ ਇਹ ਮਾਸ਼ਾਅੱਲਾ ਮੇਰਾ ਤੁਹਾਡੇ ਵਾਲੀ ਗੱਲ ਹੈ ਮੇਰਾ ਫੋਕਸ ਸਿਰਫ ਫੁੱਲੇ ਤੇ ਰਹਿੰਦਾ ਜੀ ਤੇ ਇਹ ਥੱਲੇ ਮੈਨੂੰ ਬਹੁਤ ਸਖਤੀ ਨਾਲ ਮਨਾ ਕੀਤਾ ਗਿਆ ਬਾਹਰ ਆਇਆ ਉਹ ਅਸੀਂ ਇੱਕ ਦੂਜੇ ਨੂੰ ਸਿਰਫ ਕੋਹਣੀ ਮਾਰੀ ਦੀ ਹੈ ਦੇਖ ਲਓ ਨਫਲਾਂ ਵਾਲੇ ਮੁੰਡਾ ਬਾਈ ਲਓ ਭਾਈ ਮਾਸ਼ਾਅੱਲਾ ਕੀ ਬਾਤ ਹੈ ਨਫਲ ਪੜਾ ਲੈਣਾ ਲੈ ਅੱਛਾ ਰਾਣਾ ਭਾਈ ਮੈਂ ਇਹਨਾਂ ਨੂੰ ਉਡਾ ਕੇ ਆਪ ਇਹਨਾਂ ਨੂੰ ਉਡਾ ਕੇ ਜੋੜੇ ਕਰਦਾ ਜੀ ਮੈਂ ਕੋਈ ਕਬੂਤਰ ਐਸਾ ਜਿਹੜਾ ਨਹੀਂ ਉੱਡਿਆ ਮੈਂ ਉਹਨਾਂ ਨੂੰ ਪਰਖਣਾ ਕਿ ਕਿਸ ਲਾਮ ਕਰਦੇ ਨੇ ਕਿਸ ਨੇ ਗੋਲ ਗੇੜੇ ਚ ਆਉਂਦੇ ਨੇ ਕਿ ਯਕਦਮ ਹੀ ਮੁੱਕੀਆਂ ਤਾਂ ਉਹਨੂੰ ਪੁੱਗ ਜਾਂਦੇ ਨੇ ਹਰ ਚੀਜ਼ ਵਾਚ ਕਰਦੇ ਹੋ ਨਾਰੇ ਦਾ ਥੱਲੇ ਬ੍ਰੇਕ ਕਰਦਾ ਹੈ ਜਿਸ ਕਬੂਤਰ ਨੇ ਕੰਮ ਕੀਤਾ ਨਾ ਮੈਂ ਉਹਦੇ ਚੋਂ ਕੰਮ ਜੀ ਦੋਸਤੋ ਇਤਨੀ ਕੁ ਪਰਾਂ ਦੇ ਵਿੱਚ ਕਪੈਸਿਟੀ ਹੈ ਪਰਵਾਜ਼ ਦੀ ਕਿ ਰੋਜ਼ਾਨਾ ਕਹੀਏ ਤੇ ਰੋਜ਼ਾਨਾ ਸ਼ਾਮ ਨੂੰ ਬਹਿਣ ਵਾਲੇ ਪਰਨੇ ਆ ਇਹ ਜਿਹੜਾ ਮੇਰਾ ਬੱਚਾ ਰਾਤ ਰਹਿ ਜਾਂਦਾ ਸੀ ਨਾ ਉਹਨੂੰ ਮੈਂ ਜ਼ਿਆਦਾ ਮੂਹ ਦੇ ਇੱਧਰ ਆ ਜਾਓ ਕੁਰਸੀ ਲੈ ਕੇ ਆਓ ਇਹਦੇ ਨਾਲ ਸ਼ੌਕ ਕਰ ਲਓ ਨਹੀਂ ਨਹੀਂ ਮੈਂ ਥੋੜਾ ਕੁਰਸੀ ਆ ਜਾਓ ਫਿਰ ਉਹਨੂੰ ਮੈਂ ਆਰਾਮ ਇੱਧਰ ਸਾਹ ਚ ਲਿਆ
ਜਿਥੋਂ ਇਥੋਂ ਕਬੂਤਰ ਰਹੇਗਾ ਨਾ ਇਥੋਂ ਉਹ ਕਬੂਤਰ ਬੇਕਾਰ ਹੈ ਤੁਹਾਡੇ ਦੀ ਗੱਲ ਪੂਰਾ ਮੀਆਂ ਨਜ਼ੀਰ ਸਾਹਿਬ ਕੋਲੋਂ ਬਹੁਤ ਮਾਰ ਲਈ ਹੈ ਉਸਤਾਦ ਮੀਆਂ ਰੌਫ ਮਾਰੂ ਔਰ ਉਸਤਾਦ ਮੀਆਂ ਨਜ਼ੀਰ ਸਾਹਿਬ ਮੇਰਾ ਬਚਪਨ ਉਹਨਾਂ ਨਾਲ ਗੁਜ਼ਰਿਆ ਮੈਂ ਕੋਈ ਤਕਰੀਬਨ ਸਾਲ ਦੋ ਸਾਲ ਦਾ ਸੀ ਜਿੱਥੋਂ ਕਬੂਤਰਬਾਜ਼ੀ ਦਾ ਮੇਰਾ ਸਟਾਰਟ ਹੋਇਆ ਮੈਂ ਆਪਣੇ ਮੀਆਂ ਸਾਹਿਬ ਦੇ ਕੋਲ ਰਿੜ ਰਿੜ ਕੇ ਜਾਂਦਾ ਸੀ ਥੱਲੇ ਟੂਬਲ 'ਤੇ ਕਬੂਤਰ ਸਨ ਐਸਾ 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 ਜਿਵੇਂ ਜਿਵੇਂ ਮੈਂ ਜਵਾਨ ਹੋਇਆ ਮੇਰਾ ਬਸਤਾ ਵੀ ਜਿਹੜਾ ਮੀਆਂ ਨਜ਼ੀਰ ਸਾਹਿਬ ਵਾਲੇ ਕਬੂਤਰਾਂ 'ਚ ਹੀ ਪਿਆ ਹੁੰਦਾ ਸੀ ਔਰ ਜਦੋਂ ਮੈਂ ਸਕੂਲੋਂ ਆਇਆ ਤਾਂ ਉਹਨੇ ਬੁਲਾਉਣਾ ਕਿ ਮਜ਼ਰ ਕਿੱਥੇ ਗਿਆ ਬੁਲਾਓ ਜ਼ਰਾ ਉਸਾਰ ਆਵਾਜ਼ਾਂ ਮਾਰੀਆਂ ਹਵੇਲੀ ਸੀ ਸਾਡੀ ਬਹੁਤ ਬੜੀ ਅਤੇ ਉਹਨਾਂ ਨੇ ਮੈਨੂੰ ਬੁਲਾਉਣਾ ਕਰਨਾ ਅਤੇ ਫਿਰ ਵਿੱਚ ਵਾਰ ਦੇਣਾ ਕਰਨਾ ਕੁੜੀਆਂ ਕਿ ਕਬੂਤਰ ਲੱਗ ਕੇ ਲਿਆ ਤੈਨੂੰ ਕਿਹੜਾ ਅੱਛਾ ਲੱਗਦਾ ਅਤੇ ਮੈਂ ਉਹਨਾਂ ਨੇ ਕਹਿਣਾ ਤਾਂ ਮੈਂ ਵਿੱਚੋਂ ਕਬੂਤਰ ਲੱਗ ਕੇ ਲਿਆ ਫਿਰ ਉਹਨੇ ਮੈਨੂੰ ਸ਼ਾਬਾਸ਼ ਦੇਣੀ ਕਰਨੀ ਉਸਤਾਦ ਜੀ ਤਿੰਨ ਨਸਲਾਂ ਤੈਨੂੰ ਕੀ ਕਹਿੰਦੇ ਹੋ ਸਰ ਬੱਚਾ ਦਿੱਤਾ ਸੀ ਮੈਂ ਲੁਧਿਆਣੀ ਗਿਆ ਸੀ ਕਹਿੰਦਾ ਲੈ ਪੁੱਤਰ ਸਾਰੀ ਜ਼ਿੰਦਗੀ ਯਾਦ ਰੱਖੇਗਾ ਇਹ ਕਬੂਤਰ ਬੱਚਾ ਲੈ ਗਿਆ ਮੈਨੂੰ ਉਹਨਾਂ ਨੇ ਇਹ ਕਿਹਾ ਕਿ ਬੱਚਾ ਕਿਉਂ ਦਿੱਤਾ ਸੀ ਔਰ ਅਲਹਮਦੁਲਿਲਾ ਜਿਸ ਜਿਸ ਜਗ੍ਹਾ 'ਤੇ ਬੈਨ ਦਾ ਪਰ ਪਾਇਆ ਨਾ ਦੇਖੋ ਬਣਾਉਣਾ ਅੱਗੇ ਤੁਹਾਡਾ ਕੰਮ ਅਕਲ ਕੀ ਕਹਿੰਦੀ ਹੈ ਤੁਸੀਂ ਅੱਛੀ ਚੀਜ਼ ਤਾਂ ਕਿਤੇ ਲੈ ਆਉਂਦੇ ਜੀ ਲੇਕਿਨ ਉਹਨੂੰ ਚਲਾਉਣਾ ਤੁਹਾਡਾ ਅਕਲ ਜੁੱਤੇ ਗਿਆ ਬੜੀ ਵੱਡੀ ਕਿਤਾਬ ਹੈ ਗਲਤੀ ਕਰੀਏ ਦੱਸ ਦੇਣਾ ਮਤਲਬ ਮੁਹਤਾਜ ਹੀ ਨਹੀਂ ਮੈਂ ਕਿਹਾ ਸੀ ਅਲਹਮਦੁਲਿਲਾ ਸਾਡੀ ਨੀਤਾਂ ਸਾਫ਼ ਨੇ ਅਸੀਂ ਸ਼ੌਕ ਕਰਨਾ ਲੈ ਗਏ ਸ਼ੌਕ ਕਰੋ ਜੋ ਬਾਕੀ ਹਾਰ ਜਿੱਤ ਮਿਲ ਜਾਣ ਵਾਲਾ ਹੈ ਅੱਲਾਹ ਤਾਲਾ ਨੇ ਉਹ ਮੇਰੀ ਇੱਜ਼ਤ ਰੱਖੀ ਇਸ ਸਾਲ ਹਾਲਾਂਕਿ ਇੰਨੀ ਖਾਸ ਤਿਆਰੀ ਕੋਈ ਨਹੀਂ ਸੀ ਲੇਕਿਨ ਬੜਾ ਹੀ ਅੱਲਾਹ ਤਾਲਾ ਨੇ ਕਰਮ ਕੀਤਾ ਅੱਛੇ ਬਾਈਆਂ ਦੀਆਂ ਅੱਛੇ ਉਸਤਾਦਾਂ ਦੀਆਂ ਦੁਆਵਾਂ ਨਾਲ ਮੈਂ ਕਸੂਰ ਦੇ ਵਿੱਚੋਂ ਬਾਲੀਆਂ ਛੇਤਰ ਦੇ ਛੇਤਰ 'ਚ ਵਾਇਰਸ ਆ ਗਿਆ ਸੀ ਉਸਤਾਦ ਅਜ਼ਹਰ ਬਿਮਾਰ ਹੋ ਗਏ ਸੀ ਹੋਸਪਿਟਲ ਹਾਂ ਮੈਨੂੰ ਪਤਾ ਲੱਗਾ ਹੋਸਪਿਟਲ 'ਚ ਉਹਨਾਂ ਦਿਨਾਂ 'ਚ ਵਾਇਰਸ ਆ ਗਈ ਸੀ
13 ਕਬੂਤਰਾਂ ਨਾਲ ਮੈਂ ਬਾਜ਼ੀਆਂ ਵੀ ਨਹੀਂ ਕੀਤੀ 270 ਕਬੂਤਰ ਜਿਹੜੇ ਨੇ ਉਹ ਵਾਇਰਸ ਚਾ ਕੇ ਖਤਮ ਕਰਦੇ ਤਿਆਰੀ ਵਿੱਚੋਂ 270 ਕਬੂਤਰ ਗਿਣ ਕੇ ਫਰਕ ਕਰ ਬਾਕੀ 30 ਜਿਹੜੇ ਸੀ ਉਹ ਦਵਾਈ ਦੁਈ ਖਾ ਕੇ ਬਸ ਬਚ ਗਿਆ ਉਹਨਾਂ 30 ਦੇ ਵਿੱਚੋਂ ਵੀ ਗਿਆ ਕਿਉਂਕਿ ਵਾਇਰਸ 'ਚ ਦਵਾਈ ਖਾ ਕੇ ਜ਼ਾਇਆ ਹੋ ਗਿਆ ਕੁਛ ਮੌਸਮ ਦੀ ਨਜ਼ਰ ਉਹ 12-13 ਕਬੂਤਰ ਬਚ ਗਏ ਉਹਨਾਂ ਨਾਲ ਹੀ ਪੂਰਾ ਪ੍ਰਸੀਡ ਕਰਦੀ ਹੈ ਜ਼ੈਨ ਭਾਈ ਇਹਦੀ ਪੱਠੀ ਦੋ ਸਾਲ ਸ਼ਾਮ ਜਾਓ ਚਾਚੂ ਨਾਲ ਇਹਨਾਂ ਨੂੰ ਤੁਸੀਂ ਇੰਨੀਆਂ ਸਹੀ ਸਾਹ ਵਾਲੇ ਸਰਾਰੇ ਦੀ ਹੋਏ ਕਰ ਆਪਣਾ ਮੀਆਂ ਸਾਹਿਬ ਇਹਨੂੰ ਚੱਲਦਾ ਰਹੇ ਲਾਈਵ ਜੀ ਬੰਦ ਕਰ ਦਿਓ ਬਸ ਜੀ ਲਓ ਜੀ ਸਰ ਲਾਈਵ ਸ਼ੌਕ ਜਿਹੜਾ ਉਹ ਦੁਬਾਰਾ ਇਨਸ਼ਾਅੱਲਾ ਤੁਹਾਨੂੰ ਕਰਾਵਾਂਗੇ ਜ਼ਰਾ ਆਪਣੀ ਗੱਪਸ਼ਪ ਹੈ ਨਾਲੇ ਜ਼ਰਾ ਬੈਟਰੀ ਸੈੱਟ